ਨਾ ਕਰੋ। ਉਹ ਮੈਨੂੰ ਪੁੱਛਦੇ ਤੂੰ ਕੌਣ ਹੈ, ਮੈਂ ਆਖਣਾ ਜੀ ਮੈਂ ਇਮਾਮ ਹੁਸੈਨ ਦਾ ਜ਼ਾਕਰ ਹਾਂ। ਅਤੇ ਇਹ ਸਵਾਲ ਨਾ ਕਰੋ, ਕਿਉਂ ਨਾ ਕਰੀਏ? ਉਹਨਾਂ ਆਖਿਆ ਮੈਂ ਆਖਣਾ ਜੀ ਤੁਹਾਡਾ ਨਬੀ ਮਿੱਟੀ ਗੋਵੇ ਚਿੜੀ ਬਣਦੀ ਏ, ਇਹਦਾ ਪਿਓ ਅਲੀ ਮਿੱਟੀ ਗੋਵੇ ਅਤੇ ਆਦਮ ਬਣਦਾ ਹੈ। ਗੱਲ ਖਰੀਏ ਜਨਾ, 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 ਅਲੀ ਹੱਕ ਦੀ ਕਿਤਾਬ, ਗੱਲ ਕਰੀਏ ਜਨਾਬ, ਅਲੀ ਹੱਕ ਦੀ ਕਿਤਾਬ, ਜਿਹੜਾ ਕਰਦਾ ਹੈ ਅੱਲਾਹ ਦੇ ਬੋਲਿਆ ਬੇਸ਼ੁਮਾਰ, ਗੱਲ ਕਰੀਏ ਜਨਾਬ। ਹੈਦਰੀ ਵਾਕਿਫ ਹੋਂ, ਉਂਗਲੀ ਖੜੀ ਕਰ, ਸੋ ਮੈਂਬਰ ਛੱਡ ਦੇ ਸਾਂ, ਠੀਕ ਹੈ ਜੀ। ਵਾਕਿਫ ਹੋਂ, ਇੰਨਾ ਹੋਂ ਮਸਊਲੂਨ, ਰੋਕ ਲੋ ਇਨਕੋ ਵੀ ਇਨਸੇ ਸਵਾਲ ਬਾਕੀ ਹੈ। ਓ ਮੌਲਵੀ ਜੀ, ਇਹ ਮੌਲਵੀ ਉਹਨਾਂ ਨੂੰ ਬੁਲਾਇਆ ਜੀ, ਉਹਨਾਂ ਇਹ ਰੁਕਣ ਵਾਲਾ ਹਾਂ। ਇਹ ਮੌਲਵੀ ਜੀ ਉਰਾਂ ਆਵੇ ਜ਼ਰਾ, ਕਿਤੇ ਚੱਲੇ ਹੋ? ਉਹਨਾਂ ਆਖਿਆ ਜੰਨਤ ਵਿੱਚ, ਉਹਨਾਂ ਆਖਿਆ ਪਿਓ ਦੀ ਜਾਗੀਰ। ਕਰਾਂ ਗੱਲ, ਉਹਨਾਂ ਆਖਿਆ ਪਿਛਲੀਆਂ ਚੈੱਕ ਪੋਸਟਾਂ ਤੋਂ ਕਿਵੇਂ ਲੰਘ ਆਏ ਹੋ? ਉਹਨਾਂ ਆਖਿਆ ਜੀ ਸਾਡੇ ਵਿੱਚ ਉਹ ਵੀ ਨੇ ਜਿਹੜੇ ਜੈਕਟਾਂ ਸਮਗਲ ਕਰਦੇ ਹਨ, ਪੁਲਾਂ ਥੱਲੋਂ ਲੰਘ ਜਾਂਦੇ ਨੇ, ਗੁਰਨਿਆਂ 'ਚ ਵੜ ਜਾਂਦੇ ਨੇ। ਨਹੀਂ ਗੱਲ ਨਹੀਂ ਸਮਝ ਆਈ, ਇਹਨਾਂ ਨੂੰ ਰੋਕੋ। ਇਹ ਸੀਨੇ ਨਾਲ ਕੀ ਲਾਇਆ ਜੇ ਜਨਾਬ? ਅਮਾਲ ਇਹ ਵਿਖਾਓ, ਇਹ ਰੋਜ਼ੇ ਪਰਾਂ ਕਰੋ, ਸਾਰੇ ਭੱਜੇ ਨੇ, ਪਰਾਂ ਕਰੋ ਸਾਰੇ ਹੀ ਭੱਜੇ ਨੇ। ਇਹ ਨਮਾਜ਼ਾਂ ਨੇ ਤੇ ਅੱਗੇ ਕੀ ਏ ਤਰਾਵੀ? ਮੈਂ ਆਖਿਆ ਹਜ਼ਰਤ ਅਬੂ ਬਕਰ ਸਦੀਕ, ਉਮੁਲ ਮੋਮਿਨੀਨ ਦੀ ਦੇ ਵਾਲਦ ਗਰਾਮੀ, ਅਗਰ ਤਰਾਵੀ ਪੜ੍ਹੀ ਹੋਵੇ ਇੱਕ ਵੀ ਬਾ ਜਮਾਤ, ਤੇ ਮੈਂ ਕੱਲ ਸੁਣਨੀ ਆਉਣ ਦਾ ਐਲਾਨ ਕਰ ਸਕਦਾ। ਅਮਾਲ ਚਾਹੇ ਜਹਨਮ ਸੱਟੇ, ਮਲਾਇਕਾ ਮੁਸਕੁਰਾ ਕੇ ਆ ਦੇਣ, ਇਹਨਾਂ ਅਮਲਾਂ ਨੂੰ ਅਗਲਾ ਜਾ ਹੁਣ ਚਲੋ ਜੀ, ਮੇਰੇ ਬਾਅਦ ਵੀ ਮੈਂ ਹੀ ਪੜ੍ਹਨਾ, ਬਹੁਤ ਜਲਦੀ ਕਰਾਂ ਮੈਂ, ਛੋਟਾ ਬਾਈ ਏ, ਏਡੀ ਵੀ ਜਲਦੀ ਨਹੀਂ ਕਰਦਾ। ਹਾਂ, ਜ਼ਿੱਦ ਉਹਦੇ ਨਾਲ ਲਾਈ ਦੀ ਏ ਜਿਹੜਾ ਬੰਦਾ ਆਪਣੇ ਜੇਡਾ ਹੋਵੇ। ਕੀ ਖਿਆਲ ਹੈ ਹੁਣ? ਜ਼ਿੱਦ ਬੰਦ ਭਾਈ ਜੀ, ਲਾਲਾ ਜੀ, ਜ਼ਿੰਦ ਮੇਰੇ ਪਾਸੇ ਰਹੇ, ਤਵੱਜੋ। ਜ਼ਿੱਦ ਉੱਥੇ ਲਾਣੀ ਚਾਹੀਦੀ ਏ ਜਿੱਥੇ ਬੰਦਾ ਆਪਣੇ ਜੇਡਾ ਹੋਵੇ, ਤੇ ਜੇ ਮੈਂ ਜ਼ਿੱਦ ਲਾ ਲਵਾਂ ਚੌਧਰੀ ਸ਼ੁਜਾਤ ਨਾਲ, ਗੱਲ ਦੀ ਸਮਝ ਨਹੀਂ ਹੈ। ਜੇ ਮੈਂ ਚੌਧਰੀ ਸ਼ੁਜਾਤ ਨਾਲ ਜ਼ਿੱਦ ਲਾ ਲਵਾਂ, ਮੈਂ ਤੇ ਲੱਭਣਾ ਹੀ ਨਹੀਂ, ਮਸਕੀਨ ਆਦਮੀ ਆ, ਤੇ ਮੁੱਲਾਂ ਦੀ ਦੀਦਾ ਦਲੇਰੀ ਵੀ ਖਾਵਾਂ ਵਿਖਾਵਾਂ। ਜ਼ਿੱਦ ਮੌਲਵੀ ਇੰਜ ਨਹੀਂ, ਇੰਜ ਨਹੀਂ, ਦੋਵੇਂ ਹੱਥ ਆ ਕੇ ਹੈ ਦਰੀ ਜ਼ਿੰਦ ਮੌਲਵੀ ਚਾਹੁੰਦੇ ਨਾਲ ਲਾਈਏ।
ਮੁਕਾਈਏ ਮੈਂ ਤੰਗ ਹੋ ਕੇ ਮੁਕਦੀ ਮੁਕਾਈਏ ਜਿਹੜਾ ਬਾਲ ਕੇ ਅਲੀ ਨੂੰ ਯਾਰ ਉਹਨੂੰ ਭਗਦਾ ਤੂੰ ਜੁੱਤੀਆਂ ਮਾਰ ਮਾਰ ਗੱਲ ਕਰੀ ਹੈ ਜਨਾ ਸੜਕਾਂ ਉੱਤੇ ਲਾਈਨਾਂ ਲੱਗ ਗਈਆਂ ਨੇ ਸੜਕਾਂ ਤੇ ਨਾਰਾਜ਼ ਨਹੀਂ ਹੋਣਾ ਸੜਕਾਂ ਤੇ ਲਾਈਨਾਂ ਲੱਗ ਗਈਆਂ ਨੇ ਅੱਲਾ ਦੀ ਢੂੰਡ ਵਿੱਚ ਦੁਨੀਆ ਟੁਰ ਪਈ ਹੈ ਅੱਲਾ ਦੀ ਤਲਾਸ਼ ਵਿੱਚ ਤਵੱਜੋ ਹੈ ਅੱਲਾ ਦੀ ਤਲਾਸ਼ ਵਿੱਚ ਦੁਨੀਆ ਟੁਰ ਪਈ ਹੈ ਲਾਈਨ ਦੀ ਲਾਈਨ ਆ ਪਾਈਏ ਮੇਰਾ ਪੋਲਾ ਮੈਨੂੰ ਆਦਾ ਜੀ ਇਹਨਾਂ ਦੀ ਅਜੀਬ ਸੈਟਿੰਗ ਹੁੰਦੀ ਹੈ ਅਗਲੇ ਸਿਲੰਡਰ 'ਚ ਆਇਆ ਹੁੰਦਾ ਹੈ ਤਵੱਜੋ ਹੈ ਪਿਛਲੇ ਲੋਟੇ ਕੋਈ ਦੋ ਦਰਜਣਾ ਨੱਪੇ ਹੁੰਦੇ ਨੇ ਪਿਛਲੇ ਚੁੱਲ੍ਹਾ ਉੱਧਰੋਂ ਪਿਛਲੇ ਤਵਾ ਮੈਂ ਆਖਿਆ ਇਹ ਕੀ ਗੱਲ ਹੈ ਭੋਲਿਆ ਦੱਸ ਖਾਂ ਇਸ ਆਖਿਆ ਜੀ ਇਹ ਤਵੇ ਨਾਲ ਮੂੰਹ ਕਾਲਾ ਕਰਦੇ ਨੇ ਅੱਲਾ ਨੂੰ ਅਸੀਂ ਬੜਾ ਪਸੰਦ ਕਰਨੇ ਹਾਂ ਇੱਕ ਮੌਲਵੀ ਲੈ ਆਓ ਮੈਂ ਜਿਹੜੀ ਜਾਇਦਾਦ ਸਜਦਾ ਮੈਨੂੰ ਅਤਾ ਕੀਤੀ ਹੈ ਮੈਂ ਲਿਖ ਦੇਸਾਂ ਉਸਨੂੰ ਜਿਹੜਾ ਅੰਜ ਕਰਕੇ ਬਲਬ ਲਵੇ ਅੰਜ ਅਤੇ ਟਰਾਂਸਫਾਰਮ 'ਤੇ ਅੰਜ ਕਰਕੇ ਲਾਵੇ ਅੰਜ ਮੌਲਵੀ ਦਾ ਪਕੌੜਾ ਨਾ ਬਣ ਗਿਆ ਅਤੇ ਮੈਨੂੰ ਫੜ ਲਿਆ ਜੀ ਨਹੀਂ ਗੱਲ ਨਹੀਂ ਸਮਝ ਆਈ ਇੰਝ ਹੋਣਾ ਹੀ ਨਹੀਂ ਆਓ ਫਿਰ ਸਾਰੇ ਅੱਲਾ ਕੋਲ ਚੱਲੀਏ ਕਿ ਮੇਰਾ ਮਾਲਕ ਇਹ ਸਾਰੇ ਤੇਰੇ ਨਾਲ ਪਿਆਰ ਕਰਦੇ ਨੇ ਤੂੰ ਵੀ ਕਿਸੇ ਨਾਲ ਪਿਆਰ ਕਰਨਾ ਆਵਾਜ਼ ਜਿਹੜੀ ਆਈ ਇੱਕ ਸੀਧਾ ਸੁਣਾਵਾਂ ਅੱਲਾ ਉਹਨੂੰ ਪਸੰਦ ਫਰਮਾਵੇ ਜਿਹੜਾ ਨਾਰਾ ਅਲੀ ਦਾ ਲਾਵੇ ਅੱਲਾ ਉਹਨੂੰ ਪਸੰਦ ਫਰਮਾਵੇ ਜਿਹੜਾ ਨਾਰਾ ਅਲੀ ਦਾ ਲਾਵੇ ਅੱਲਾ ਉਹਨੂੰ ਪਸੰਦ ਜਿਹੜਾ ਨਾਰਾ ਅਲੀ ਦਾ ਬੋਲੋ ਨਾਰਾ ਅਲੀ ਦਾ ਨਾਰਾ ਕਹਿ ਕਹਿ ਲਾਇਆ ਅਗਰ ਦੱਸਣਾ ਸ਼ੁਰੂ ਕਰ ਦੇਈਏ ਮੈਂ ਤੇ ਜਤੋਈ ਸਾਹਿਬ ਦੋਵੇਂ ਤੇ ਅਗਲਾ ਦਿਨ ਚੜ ਜਾਏ ਤੇ ਸਾਡੇ ਕੋਲੋਂ ਨਾ ਨਾ ਮੁੱਕਣ ਮੁੱਕਣ ਵੀ ਨਹੀਂ ਤੇ ਯਾਦ ਵੀ ਨਾ ਆਉਣ ਜਿਹਨਾਂ ਜਿਹਨਾਂ ਨਾਰਾ ਲਾਇਆ ਤੇ ਸਾਨੂੰ ਨਾਰਾ ਕਿੱਥੋਂ ਲੱਭੇ ਇੰਨੇ ਕੁ ਸਾਰੇ ਇੰਨੇ ਕੁ ਤੇ ਚੌਲ ਹੁੰਦੇ ਨੇ ਦਿਨ ਮੈਂ ਸਾਨੂੰ ਨਾਰਾ ਕਿੱਥੋਂ ਮਿਲਿਆ ਦੱਸੀਏ ਸਾਨੂੰ ਝੋਲੀ ਵਿੱਚ ਮਾਵਾ ਦੱਸਿਆ ਸਾਨੂੰ ਝੋਲੀ ਵਿੱਚ ਮਾਵਾ ਦੱਸਿਆ ਸਾਡੇ ਦਿਲਾਂ ਵਿੱਚ ਦਰ ਵਸਿਆ ਸਾਡੇ ਦਿਲਾਂ ਵਿੱਚ ਦਰ ਵਸਿਆ ਅਲੀ ਅਲੀ ਸੱਜਿਆ ਖੀਰ ਦਾ ਸਰ ਵਿਕਾਵੇ ਜਿਹੜਾ ਨਾਰਾ
ਕਮੀਆਂ ਦੇ ਬੂਹੇ ਤੋਂ ਕੁਝ ਨਹੀਂ ਲੱਭਣਾ, ਸ਼ਹੀਦਾਂ ਦੇ ਬੂਹੇ ਤੇ ਆ ਜਾ। ਕੌਣ? ਨਹੀਂ ਨਹੀਂ, ਇਹਨਾਂ ਦੀ ਆਪਣੀ ਹੈ, ਅਸੀਂ ਇਹਨਾਂ ਦੇ ਨੌਕਰ ਹਾਂ। ਆਓ ਜੀ, ਸਾਨੂੰ ਝੋਲੀ ਵਿੱਚ ਮਾਵਾ ਦੱਸਿਆ, ਸਾਨੂੰ ਝੋਲੀ ਵਿੱਚ ਮਾਵਾ ਦੱਸਿਆ, ਸਾਡੇ ਦਿਲਾਂ ਵਿੱਚ ਹੈ ਤੇਰੇ ਵਸਿਆ, ਸਾਡੇ ਦਿਲਾਂ ਵਿੱਚ ਹੈ ਤੇਰੇ ਵਸਿਆ, ਹੋ ਤੇਰਾ ਬੋਲ ਮੇਲੀ ਅਲੀ ਸੱਜਿਆ, ਹੋ ਖੀਰ ਦਾ ਅਸਰ ਵਿਖਾਵੇ ਜਿਹੜਾ ਨਾਰਾ। ਮੇਰੇ ਪਾਸੇ ਰਹੇ, ਕਮੀਆਂ ਦਾ ਬੂਹਾ ਛੱਡ ਦੇ, ਸ਼ਹੀਦਾਂ ਦੇ ਬੂਹੇ ਤੇ ਆ। ਉਹ ਜਿਹਨਾਂ ਨੂੰ ਆਪਣੇ ਪੀਰ ਦੇ ਪਿਓ ਦਾ ਨਹੀਂ ਪਤਾ, ਉਹਨਾਂ ਕਿਤੇ ਪੀਰ ਮੰਨੀ ਫਿਰਨਾ। ਅਸੀਂ ਸ਼ਹੀਦਾਂ ਦੇ ਡਾਡੀ ਹੂੰ, ਆ ਇੱਥੋਂ ਲੈ ਕੇ ਇਮਾਮ ਮੂਸਾ ਕਾਜ਼ਮ ਤੱਕ ਨਾ ਜਾਈਏ, ਸਾਡਾ ਪਿਓ ਕੋਈ ਨਹੀਂ, ਜੇ ਤੂੰ ਵੀ ਨਾ ਜਾਏ ਤੇ ਤੇਰਾ ਵੀ ਪਿਓ ਕੋਈ ਨਹੀਂ। ਹਾਂ, ਜ਼ਿਹਨ ਮੇਰੇ ਪਾਸੇ ਰਹੇ, ਜਿਹੜੀ ਜਿਹੜੀ ਜਾਤ ਤਸਰੀਫ ਫਰਮਾਓ, ਛੱਡ ਇੱਕ ਵਾਰੀ ਫਿਰ ਬਾਲਿਆ ਜੇ ਇਹ ਬੱਤੀ ਜਿਹੜੀ ਬਲੀ ਹੈ ਨਾ, ਠੀਕ ਹੈ, ਬਸ ਇੱਕ ਸ਼ੇਰ ਪੜ ਲਈ। ਕਲੰਦਰ ਦਾ ਸਿੰਧ ਵਿੱਚ ਕਰਮ ਵੇਖਿਆ ਏ, ਗਿਆ ਹਾਂ ਉਥਾਂ ਨਵਾਂ ਕੰਮ ਵੇਖਿਆ ਏ, ਇਹ ਸਾਜਦ ਕਲੰਦਰ ਦਾ ਥੋੜਾ ਕਰਿਸ਼ਮੇ, ਉਹ ਮੈਂ ਕਿਰਾੜਾਂ ਦੇ ਘਰ ਤੇ ਅਲਮ ਵੇਖਿਆ ਏ, ਚੱਲ ਸੇਵਨ ਵਿਖਾ ਤੈਨੂੰ ਮਾਜਦਾ, ਚੱਲ ਸੇਵਨ ਵਿਖਾ ਤੈਨੂੰ ਮਾਜਦਾ, ਮਿੱਟੀ ਨੂੰ ਲਾਲ ਬਣਾਵੇ ਜਿਹੜਾ ਨਾਰਾ ਅਲੀ ਦਾ ਲਾਵੇ। ਲਾਲ ਕਲੰਦਰ ਮਾਸ ਰਾਜ਼ੀ ਹੋ।